ਪੰਜਾਬ ਸਰਕਾਰ ਦੇ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਐਲਾਨ ਹੋ ਚੁੱਕਿਆ। 29 ਤਰੀਕ ਨੂੰ ਸੰਗਰੂਰ ਤੋਂ ਜਿਹੜਾ ਹੈਗਾ ਮੁੱਖ ਮੰਤਰੀ ਖੁਦ ਆਪਣੇ ਸ਼ਹਿਰ ਤੋਂ ਜਿਹੜਾ ਖੇਡਾਂ ਵਤਨ ਪੰਜਾਬ ਦੀਆਂ ਇਹਨਾਂ ਦੀ ਸ਼ੁਰੂਆਤ ਕਰਨਗੇ। ਸੰਗਰੂਰ ਸਟੇਡੀਅਮ ਦੇ ਵਿੱਚ ਅਸੀਂ ਇਸ ਵਕਤ ਪਹੁੰਚੇ ਹੋਏ ਹਾਂ। ਤੁਹਾਨੂੰ ਪਹਿਲਾਂ ਤਸਵੀਰਾਂ ਵੀ ਦਿਖਾ ਦਈਏ, ਨਾਲ ਨਾਲ ਜਾਣਕਾਰੀ ਵੀ ਦੇਈ ਜਾਵਾਂਗੇ ਕਿ ਜਿਹੜੀ ਤਿਆਰੀਆਂ ਨੇ ਲਗਭਗ ਪ੍ਰਸ਼ਾਸਨ ਦੇ ਵੱਲੋਂ ਹਰ ਇੱਕ ਤਰੀਕੇ ਦੀਆਂ ਮੁਕੰਮਲ ਹੋ ਚੁੱਕੀਆਂ ਨੇ। 29 ਤਰੀਕ ਨੂੰ ਜਿਹੜਾ ਹੈਗੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਜਗ੍ਹਾ ਤੋਂ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਖੇਡਾਂ ਹੋਣਗੀਆਂ ਬਲੋਕ ਲੈਵਲ 'ਤੇ ਖੇਡਾਂ ਹੋਣਗੀਆਂ ਉਹਨਾਂ ਦੀ ਸ਼ੁਰੂਆਤ ਕਰਨਗੇ। ਤਾਂ ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਨੇ ਪੂਰੀਆਂ ਤਿਆਰੀਆਂ ਮੁਕੰਮਲ ਨੇ। ਖੁਦ ਡਿਪਟੀ ਕਮਿਸ਼ਨਰ ਸੰਗਰੂਰ ਹਰ ਇੱਕ ਚੀਜ਼ ਦਾ ਜਿਹੜਾ ਹੈਗੇ ਨੇ ਜਾਇਜ਼ਾ ਲੈਂਦੇ ਨਜ਼ਰ ਆ ਰਹੇ ਨੇ। ਤਾਂ ਕਿਸ ਤਰੀਕੇ ਦਾ ਪਲਾਨ ਹੋਊਗਾ, ਕੀ ਖੇਡਾਂ ਹੋਣਗੀਆਂ ਸਰ? ਸ਼ੁਰੂਆਤ ਹੋਣ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ, ਤਾਂ ਕਿਸ ਤਰੀਕੇ ਦੀ ਟਾਈਮਿੰਗ ਆ, ਕੀ ਪੂਰਾ ਸਾਰਾ ਹੈਗਾ ਪਲਾਨ ਹੈਗਾ ਜੀ? ਜੀ, ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਇਸ ਵਾਰੀ ਖੇਡਾਂ ਵਤਨ ਪੰਜਾਬ ਦਾ ਸੀਜ਼ਨ 3 ਜਿਹੜਾ ਹੈਗਾ ਉਹਦਾ ਉਦਘਾਟਨ ਵਾਰ ਹੀਰੋ ਮੈਮੋਰੀਅਲ ਸੰਗਰੂਰ ਦੇ ਵਿੱਚ ਕੀਤਾ ਜਾਵੇਗਾ। ਇਹਦੇ ਵਿੱਚ ਜਿਹੜੇ ਨੇ ਵੱਖ ਵੱਖ ਕੈਟੇਗਰੀਜ਼ ਦੇ ਹਰ ਉਮਰ ਦੇ ਜਿਹੜੇ ਹੈਗੇ 9 ਉਮਰ ਆਪਣੇ ਅਲੱਗ ਅਲੱਗ ਕੈਟੇਗਰੀਜ਼ ਬਣੀਆਂ ਹੋਈਆਂ ਹੈਗੀਆਂ, ਉਹਦੇ ਵਿੱਚ ਵੱਖ ਵੱਖ ਜਿਹੜੇ ਹੈਗੇ ਖੇਡ ਹੋਣਗੇ। 37 ਗੇਮਾਂ ਜਿਹੜੀਆਂ ਖਿਲਾਈ ਜਾਣਗੀਆਂ। ਇਸ ਸਾਲ 9 ਕਰੋੜ ਦੇ ਜਿਹੜੇ ਪ੍ਰਾਈਜ਼ ਨੇ, 9 ਕਰੋੜ ਰੁਪਏ ਦੇ, ਉਹ ਸਾਰੇ ਜਿਹੜੇ ਪਾਰਟੀਸਪੈਂਟਸ ਹੈ ਉਹਨਾਂ ਨੂੰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਇਸ ਸਾਲ ਪਹਿਲੀ ਵਾਰੀ ਪੈਰਾ ਜਿਹੜੇ ਗੇਮਸ ਨੇ ਉਹ ਵੀ ਇਹਨਾਂ ਦਾ ਵੀ ਆਗਾਜ਼ ਕੀਤਾ ਜਾ ਰਿਹਾ। ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਕੱਲ੍ਹ ਲੋਗੋ ਦੇ ਵੀ ਲਾਂਚ ਕੀਤਾ ਗਿਆ, ਨਾਲ ਹੀ ਜਿਹੜਾ ਹੈਗਾ ਟਾਈਟਲ ਟਰੈਕ ਖੇਡਾਂ ਵਤਨ ਪੰਜਾਬ ਦੀ ਸੀਜ਼ਨ 3 ਦਾ ਉਹ ਵੀ ਲਾਂਚ ਕੀਤਾ ਗਿਆ। ਕਲਚਰਲ ਐਕਟੀਵਿਟੀਜ਼, ਸਪੋਰਟ ਐਕਟੀਵਿਟੀਜ਼, ਡਾਂਸ ਪਰਫੋਰਮੈਂਸਿਸ, ਉਹ ਸਾਰੇ ਇੱਥੇ ਕੀਤੇ ਜਾਣਗੇ। ਮੇਰੀ ਜਿਹੜੀ ਬੇਨਤੀ ਹੈ ਸਾਰਿਆਂ ਨੂੰ ਉਹ ਇਹ ਹੈ ਕਿ ਤੁਹਾਡੇ ਰਾਹੀਂ, ਮੀਡੀਆ ਦੇ ਰਾਹੀਂ ਸਾਰਿਆਂ ਨੂੰ ਇਹ ਜਿਹੜਾ ਹੈਗਾ ਸੰਦੇਸ਼ ਪਹੁੰਚਾਉਣਾ ਚਾਹੁੰਦਾ ਕਿ ਜਿਹੜੀ ਹੈਗੀ ਐਂਟਰੀ ਜਿਹੜੀ ਹੈ ਉਹ 4 ਵਜੇ ਤੋਂ ਇੱਥੇ ਸ਼ੁਰੂ ਹੋ ਜਾਏਗੀ ਔਰ 5 ਵਜੇ ਜਿਹੜੀ ਹੈਗੀ ਐਂਟਰੀ ਜਿਹੜੀ ਹੈ ਮੁਕੰਮਲ ਹੋ ਜਾਏਗੀ। ਅਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਆ ਕੇ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਕੇ, ਸਿਵਲ ਅਤੇ ਪੁਲਿਸ ਮੁਲਾਜ਼ਮਾਂ ਦਾ ਜਿਹੜਾ ਹੈਗਾ ਉਹਨਾਂ ਦੇ ਦਿਸ਼ਾ ਨਿਰਦੇਸ਼ ਜਿਹੜੇ ਵੀ ਉਹ ਕਰ ਰਹੇ ਸਾਰਿਆਂ ਦੇ ਸੌਖ ਵਾਸਤੇ ਹੀ ਕਰ ਰਹੇ ਹੈਗੇ, ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਆਪਾਂ ਉਹ ਫੋਲੋ ਕਰੀਏ, ਜਿਸ ਕਰਕੇ ਇਹ ਪ੍ਰੋਗਰਾਮ ਜਿਹੜਾ ਸੁਚੇ ਢੰਗ ਨਾਲ ਆਪਾਂ ਇਹਨੂੰ ਮੁਕੰਮਲ ਕਰੀਏ। ਸਰ, ਖੇਡਾਂ ਦੇ ਵੱਲ ਜ਼ਿਆਦਾ ਧਿਆਨ ਦੇ ਰਹੇ ਨੇ ਤੁਸੀਂ, ਖੁਦ ਵੀ ਤੁਸੀਂ ਖੁਦ ਵੀ ਜਿਹੜਾ ਹੈਗਾ ਖੇਡਾਂ ਖੇਡਦੇ ਹੋ ਅਤੇ ਵੇਟ ਲਿਫਟਿੰਗ ਦੇ ਵਿੱਚ ਤੁਸੀਂ ਕਾਫੀ ਜ਼ਿਆਦਾ ਪਾਰਟੀਸਪੇਟ ਕਰਦੇ ਹੋ, ਤੁਹਾਡਾ ਸ਼ੌਂਕ ਵੀ ਆ, ਤਾਂ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਲੋਕਾਂ ਨੂੰ ਕੀ ਮੈਸੇਜ, ਕਿਤੇ ਨਾ ਕਿਤੇ ਬੱਚੇ ਵੀ ਜਿਹੜਾ ਹੈਗੇ ਨੇ ਪੂਰੇ ਧਿਆਨ ਦੇ ਨਾਲ ਆਉਣ? ਬਿਲਕੁਲ ਜੀ, ਜਿਹੜਾ ਮਾਨਯੋਗ ਮੁੱਖ ਮੰਤਰੀ ਜੀ ਦਾ ਵੀ ਮੈਂ ਜਿਹੜਾ ਹੈਗਾ ਸੁਪਨਾ ਜਿਹੜਾ ਹੈ ਕਿ ਨਸ਼ਾ ਮੁਕਤ ਪੰਜਾਬ ਹੋਵੇ, ਤੰਦਰੁਸਤ ਪੰਜਾਬ ਹੋਵੇ, ਰੰਗਲਾ ਪੰਜਾਬ ਹੋਵੇ। ਜਿਹੜਾ ਸਪੋਰਟਸ ਹੈ, ਸਪੋਰਟਸ ਇੱਕ ਡਿਸਿਪਲਿਨ ਇੱਕ ਬੰਦੇ ਦੇ ਅੰਦਰ, ਇੱਕ ਇਨਸਾਨ ਦੇ ਅੰਦਰ ਡਾਲਦਾ ਹੈਗਾ ਅਤੇ ਜਿਹੜੀ ਹੈਗੀ ਨਸ਼ੇ ਤੋਂ ਦੂਰ ਕਰਦਾ ਹੈ, ਇੱਕ ਡਿਸਿਪਲਿਨ ਇਨਫੋਰਸ ਕਰਦਾ ਹੈ, ਜਿਸ ਕਰਕੇ ਆਪਾਂ ਆਪਣੇ ਡੇਲੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਜਦੋਂ ਇਹ ਡਿਸਿਪਲਿਨ ਨੂੰ ਇਨਫੋਰਸ ਕਰਦੇ, ਇੱਕ ਰੂਟੀਨ ਨੂੰ ਇਨਫੋਰਸ ਕਰਦੇ ਹਾਂ, ਆਪਣੀ ਸਿਹਤ 'ਤੇ ਧਿਆਨ ਦਿੰਦੇ ਹਾਂ, ਆਪਾਂ ਡੈਫੀਨੇਟਲੀ ਸੋਸਾਇਟੀ ਦੇ ਵਾਸਤੇ ਇੱਕ ਚੰਗਾ ਰਿਸੋਰਸ ਬਣਦੇ। ਮੇਰੀ ਸਾਰਿਆਂ ਨੂੰ ਇਹ ਅਪੀਲ ਹੈ ਕਿ ਸਪੋਰਟਸ 'ਤੇ ਕਿਸੇ ਤਰ੍ਹਾਂ ਦਾ ਵੀ ਹੋਏ, ਭਾਵਾਂ ਦੀ ਕੁਛ ਨਹੀਂ, ਇੱਕ ਜੇ ਡੇਲੀ ਇੱਕ ਵਾਕ ਵੀ ਕਰਨੀ ਹੈ ਉਹ ਵੀ ਕਰਨ, ਜਿਸ ਕਰਕੇ ਆਪਾਂ ਆਪਣੇ ਸਿਹਤ ਨੂੰ ਚੰਗਾ ਰੱਖੀਏ। ਠੀਕ ਹੈ, ਤਾਂ ਬਿਲਕੁਲ ਖੇਡਾਂ ਵਤਨ ਪੰਜਾਬ ਸੀਜ਼ਨ 3 ਦੀ ਜਿਹੜੀ ਸ਼ੁਰੂਆਤ ਆ ਸੰਗਰੂਰ ਤੋਂ ਹੋ ਰਹੀ ਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਸੰਗਰੂਰ ਪਹੁੰਚ ਕੇ ਜਿਹੜੀ ਦੀ ਸ਼ੁਰੂਆਤਾਂ ਕਰਨਗੇ ਅਤੇ ਤਿਆਰੀਆਂ ਹਰ ਜਿਹੜੀਆਂ ਪ੍ਰਕਾਰ ਦੀਆਂ ਹੋ ਰਹੀਆਂ ਨੇ। ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਜਿਹੜੇ ਪ੍ਰੋਗਰਾਮ ਕਰਨੇ ਨੇ, ਚਾਹੇ ਉਹ ਗੱਲ ਡਾਂਸ ਦੀ ਹੋਵੇ ਚਾਹੇ ਗੱਲ ਖੇਡਾਂ ਦੀ ਹੋਵੇ, ਤਾਂ ਪੂਰੀਆਂ ਤਿਆਰੀਆਂ ਮੁਕੰਮਲ ਨੇ, ਕਿਉਂਕਿ ਹਰ ਇੱਕ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਪ੍ਰੋਗਰਾਮ ਬਹੁਤ ਸੋਹਣਾ ਬਣਾਇਆ ਜਾਊਗਾ। ਤਾਂ 29 ਤਰੀਕ ਨੂੰ 5 ਵਜੇ ਜਿਹੜੀ ਹੈਗੀ ਆ ਪ੍ਰੋਗਰਾਮ ਦੀ ਸ਼ੁਰੂਆਤ ਹੋਣੀ ਆ, ਸੰਗਰੂਰ ਤੋਂ ਖੇਡਾਂ ਦੀ ਜਿਹੜੀ ਹੈਗੀ ਆ ਸ਼ੁਰੂਆਤ ਹੋਣੀ ਆ। ਅਤੇ ਇਹੋ ਮੈਸੇਜ ਲਗਾ ਰਹੇ ਨੇ ਡੀਸੀ ਸਾਹਿਬ ਵੀ ਜਿਹੜੀਆਂ ਖੇਡਾਂ ਨੇ ਕਿਤੇ ਨਾ ਕਿਤੇ ਅਗਰ ਆਪਾਂ ਇਹਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਉਹਨਾਂ ਦਾ ਕਿਤੇ ਨਾ ਕਿਤੇ ਨਸ਼ਿਆਂ ਤੋਂ ਜਾਂ ਹੋਰ ਮਾੜੇ ਕੰਮਾਂ ਤੋਂ ਬਚ ਸਕਦੇ ਹਾਂ। ਚਰਨਜੀਵ ਕੌਸ਼ਲ, ਸੰਗਰੂਰ ਤੋਂ, ਨਿਊਜ਼ 18 ਪੰਜਾਬ।